ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਅਗਲੇ ਟੌਪਿਕ ਵੱਲ ਵਧੀਏ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਵਿਊਅਰਸ ਜੇ ਤੁਸੀਂ ਚਾਹੁੰਦੇ ਹੋ ਕਿ ਟੀਵੀ 84 ਇਸੇ ਤਰ੍ਹਾਂ ਹੀ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਜਾਰੀ ਰੱਖੇ ਤਾਂ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਰਾਈ ਰੈਕਰਿੰਗ ਡੋਨਰ ਜ਼ਰੂਰ ਬਣ ਸਕਦੇ ਹੋ ਆਪ ਜੀ ਜੋ ਚਾਹੇ ਦਾਨ ਕਰ ਸਕਦੇ ਹੋ ਪਰ ਜ਼ਰੂਰ ਕਰਨਾ ਜੀ ਜਾਂ ਮੇਕ ਏ ਚੈੱਕ ਇਨ ਨੇਮ ਆਫ tv84 ਐਂਡ ਮੇਲ ਇਟ ਐਟ 36-0137 ਐਵਨਿਊ ਲੌਂਗ ਆਇਲੈਂਡ ਸਿਟੀ ਨਿਊਯਾਰਕ 11101 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਏਗਾ ਅਸੀਂ ਇਸ ਮਸਲੇ ਵਿੱਚ ਤੁਹਾਡੀ ਰਾਏ ਅਤੇ ਪੇਸ਼ਕਦਮੀ ਦੀ ਵੀ ਆਸ ਕਰਦੇ ਹਾਂ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅਗਲੇ ਟੌਪਿਕ ਦੇਖੋ ਅੱਜ ਵੀ ਅਸੀਂ ਕਰੰਟ ਮੈਸੇਜਸ ਨਹੀਂ ਲੈ ਪਾਵਾਂਗੇ ਜੀ ਪਰ ਕੱਲ ਕਿਉਂਕਿ ਰਿਟਰੀਵ ਨਹੀਂ ਸੀ ਕਰ ਸਕੇ ਔਰ ਬਾਅਦ ਦੇ ਵਿੱਚ ਉਹ ਰਿਟਰੀਵ ਹੋਏ ਉਹ ਮੈਂ ਜ਼ਰੂਰ ਚਾਹਾਂਗਾ ਕਿਉਂਕਿ ਬਹੁਤ ਸਾਰੇ ਸਾਡੇ ਵੀਰਾਂ ਨੇ ਮੁਬਾਰਕ ਦਿੱਤੀ ਹੈ ਖਾਲਸਾ ਸਾਜਨਾ ਦਿਵਸ ਦੀ ਸੋ ਉਹਨਾਂ ਨਾਲ ਅਸੀਂ ਸਾਂਝ ਪਾਉਣਾ ਚਾਹੁੰਦੇ ਹਾਂ ਜੀ ਵੀਰ ਕਮਲਜੀਤ ਸਿੰਘ ਲਿਖਦੇ ਨੇ ਮਾਈ ਗ੍ਰੈਂਡਪਾ ਵਾਜ਼ ਇਨ ਵਰਲਡ ਵਾਰ ਸੈਕਿੰਡ ਆਈ ਹੈਵ ਹਿਜ਼ 5 ਮੈਡਲਸ ਐਂਡ ਨਾਓ ਆਈ ਐਮ ਜੁਆਇਨਿੰਗ ਦਾ ਮਿਲਟਰੀ ਹੇਅਰ ਸੋ ਇੱਕ ਹੋਰ ਮੈਸੇਜ 'ਚ ਉਹਨਾਂ ਨੇ ਇਹ ਕਿਹਾ ਵੀ ਮੈਂ ਇਸ ਲਈ ਨਹੀਂ ਕਿਹਾ ਵੀ ਇਹ ਤਾਂ ਕਪਤਾਨ ਆਪਣੇ ਆਪ ਨੂੰ ਸਮਝਦਾ ਕਿ ਵੀ ਅਸੀਂ ਕੈਨੇਡਾ 'ਚ ਰਹਿੰਦੇ ਹਾਂ ਵੀ ਜਿਹੜਾ ਮੈਂ ਹੁਣ ਵੀ ਫੌਜ 'ਚ ਆ ਰਿਹਾ ਔਰ ਸਾਡੀ ਟ੍ਰੈਡੀਸ਼ਨ ਜਿਹੜੀ ਹੈ ਮੇਰੇ ਗ੍ਰੈਂਡਫਾਦਰ ਨੇ ਜਿਹੜੇ ਨੇ 5 ਮੈਡਲ ਦੂਸਰੇ ਸੰਸਾਰ ਜੰਗ ਦੇ ਵਿੱਚ ਜਿੱਤੇ ਸਨ ਵੀਰ ਪਰਮਜੀਤ ਸਿੰਘ ਲਿਖਦੇ ਨੇ ਗੁਰਫਤਿਹ ਡਾਕਟਰ ਸਾਹਿਬ ਟੀਮ ਐਂਡ ਐਵਰੀ ਵਨ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਸਭ ਨੂੰ ਸੁਪਰ ਅਮੇਜ਼ਿੰਗ ਵਰਕ ਡਾਕਟਰ ਸਾਹਿਬ ਲੌਂਗ ਲਿਵ tv84 ਖਾਲਿਸਤਾਨ ਜ਼ਿੰਦਾਬਾਦ ਬਹੁਤ ਬਹੁਤ ਸ਼ੁਕਰੀਆ ਵੀਰ ਪਰਮਜੀਤ ਸਿੰਘ ਜੀ ਕਮਲਜੀਤ ਸਿੰਘ ਲਿਖਦੇ ਨੇ ਬਾਈ ਅਟੈਕਿੰਗ ਅਕਾਲ ਤਖਤ ਦੇ ਮੇਡ ਇਟ ਸਟਰੋਂਗਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲ ਤਖਤ ਨੂੰ ਖੰਡਰਾਤ ਬਣਾ ਕੇ ਅਕਾਲ ਤਖਤ ਉਹ ਨਹੀਂ ਢਾ ਸਕੇ ਪਰ ਮੰਦੇ ਭਾਗਾਂ ਨੂੰ ਜਿਵੇਂ ਉਹਨਾਂ ਨੇ ਤਨਖਾਹੀਏ ਕਿਸਮ ਦੇ ਵਿਕਾਊ ਜਥੇਦਾਰ ਫਿਰ ਇੱਕ ਤੋਂ ਬਾਅਦ ਇੱਕ ਸਾਡੇ 'ਤੇ ਥੋਪੇ ਇਹਨਾਂ ਨੇ ਅਕਾਲ ਤਖਤ ਦੀ ਸਪਿਰਿਟ ਨੂੰ ਜ਼ਰੂਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅਮਰਜੀਤ ਸਿੰਘ ਖਾਲਿਸਤਾਨੀ ਜਨਰਲ ਡਾਇਰ ਬਾਰੇ ਲਿਖਦੇ ਨੇ ਕਿ ਵੀ ਉਹਦੀ ਮੌਤ ਕੀੜੇ ਪੈ ਕੇ ਹੋਈ ਚਲੋ ਉਹ ਤਾਂ ਨਹੀਂ ਮੈਨੂੰ ਵੇਰਵਾ ਪਤਾ ਪਰ ਇਹ ਹੈ ਵੀ 7 ਸਾਲ ਬਾਅਦ ਉਹ ਇੰਗਲੈਂਡ 2 ਸਾਲ ਪਹਿਲਾਂ ਉਹਨੂੰ ਰਿਟਾਇਰਮੈਂਟ ਦੇ ਦਿੱਤੀ ਗਈ ਔਰ ਇੰਗਲੈਂਡ ਜਾ ਕੇ 7 ਸਾਲ ਬਾਅਦ ਉਹਦੀ ਮੌਤ ਹੋਈ ਮਲਿਕ ਆਬੂ ਬਕਰ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ ਵੀਰ ਭੁਪਿੰਦਰ ਸਿੰਘ ਅਮਰਜੀਤ ਸਿੰਘ ਸਿੰਘ ਸਰਦਾਰ ਕੁਲਜੀਤ ਸਿੰਘ ਰਣਜੀਤ ਖਿੰਦਾ ਰਾਜਾ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਅਤੇ ਕਮਲਜੀਤ ਸਿੰਘ ਲਿਖਦੇ ਨੇ ਨੋ ਸਪਾਈਸੀ ਟੋਪਿਕਸ ਟੂਡੇ ਦੇਖੋ ਅਸੀਂ ਸਪਾਈਸ ਔਰ ਨੋ ਸਪਾਈਸ ਵਾਲੇ 'ਚ ਨਹੀਂ ਯਕੀਨ ਰੱਖਦੇ ਕਿ ਜਿਹੜਾ ਇਸ ਹਿਸਟੋਰੀਕਲ ਅਹਿਮੀਅਤ ਦਾ ਦਿਨ ਹੁੰਦਾ ਉਸ ਦਾ ਅਸੀਂ ਜ਼ਿਕਰ ਕਰਦੇ ਅੱਜ ਮੂੰਹ ਮਿੱਠੇ ਵਾਲੇ ਡਾਕਟਰ ਸਾਹਿਬ ਦੇ ਨੇ ਅਸੀਂ ਮਿੱਠੇ ਵਾਲੀ ਗੱਲ ਕਰਾਂਗੇ ਹਾਂ ਹਾਂ ਔਰ ਇੱਕ ਮੈਸੇਜ ਬੇਟੀ ਰਵਲੀਨ ਕੌਰ ਮਾਨ ਮੈਨੂੰ ਬਹੁਤ ਚੰਗਾ ਲੱਗਾ ਇਹਨਾਂ ਨੇ ਵਿਨੀਪੈਕ ਤੋਂ ਲਿਖਿਆ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਕੌਮ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਾ ਡੇ ਇਜ਼ ਨੋਟ ਸੋ ਫਾਰ ਵੈਨ ਵੀ ਆਰ ਗੋਇੰਗ ਟੂ ਸੈਲੀਬ੍ਰੇਟ ਵਿਸਾਖੀ ਇਨ ਆਵਰ ਓਨ ਹੋਮਲੈਂਡ ਖਾਲਿਸਤਾਨ ਇਹ ਹੈ ਸਪਿਰਿਟ ਜਿਸ ਸਪਿਰਿਟ ਦੇ ਨਾਲ ਤੁਸੀਂ ਵਿਚਰੇ ਹਰ ਸਿੱਖ ਕਿ ਵੀ ਜਿਵੇਂ ਯਹੂਦੀ 2000 ਸਾਲ ਬੇਘਰੇ ਰਹੇ ਨੈਕਸਟ ਈਅਰ ਇਨ ਜਰੂਸ਼ਲਮ ਸਿੱਖ ਦੀ ਇਹ ਸਪਿਰਿਟ ਹੋਏ ਕਿ ਜੀ ਭਾਈ ਅਸੀਂ ਆਪਣਾ ਇਹ ਦਿਨ ਇੱਕ ਦਿਨ ਆਪਣੇ ਫਾਦਰਲੈਂਡ ਆਪਣੀ ਮਦਰਲੈਂਡ ਖਾਲਿਸਤਾਨ 'ਚ ਮਨਾਉਣਾ ਵੀਰ ਭੁਪਿੰਦਰ ਸਿੰਘ ਕਿਉਂਕਿ ਕੱਲ੍ਹ ਇੱਕ ਸੈਗਮੈਂਟ ਕੈਪਟਨ ਦੇ ਉੱਤੇ ਸੀ 2 ਦਿਨ ਹੀ ਕਰਦੇ ਰਹੇ ਉਹਨਾਂ ਕਿਹਾ ਕੈਪਟਨ ਹੁਣ ਲਾਹਣ ਪੀ ਕੇ ਸੌਂਏਗਾ ਉਹ ਵੈਸੇ ਹੀ ਉਹਨੂੰ ਨੀਂਦ ਨਹੀਂ ਆਉਂਦੀ ਬਿਨਾਂ ਲਾਹਣ ਤੋਂ ਲਾਹਣ ਪੀਏ ਵਿਸਕੀ ਪੀਏ ਪਰ ਇਹ ਪੀ ਫਰ ਪੈਗ ਅਤੇ ਪੀ ਫਰ ਪਰਾਂਦਾ ਇਹਨਾਂ ਨੇ ਪਟਿਆਲੇ ਦੀ ਜਿਹੜੀ ਸਾਰੀ ਤਹਿਜ਼ੀਬ ਹੈ ਉਹ ਇਸ ਲੱਚਰ 2 ਵਰਡਸ ਦੇ ਨਾਲ ਹੀ ਸਮੇਟੀ ਹੋਈ ਹੈ ਔਰ ਇਸ ਤੋਂ ਇਲਾਵਾ ਜਿਹੜੇ ਮੈਸੇਜਿਸ ਰਹੇ ਨੇ ਵੀਰ ਗੁਰਵਿੰਦਰ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਕੋਂਗਰੈਚੁਲੇਸ਼ਨਸ ਔਨ ਖਾਲਸਾ ਸਾਜਨਾ ਦਿਵਸ ਮੂਲ ਨਾਨਕ ਸ਼ਾਹੀ ਐਂਡ ਵੀ ਆਰ ਪ੍ਰਾਊਡ ਟੂ ਬੀ ਖਾਲਿਸਤਾਨੀ ਯੂ ਕੈਨ ਬੈਟਰ ਐਕਸਪਲੇਨ ਹੂ ਕੈਨ ਬੀ ਏ ਖਾਲਿਸਤਾਨੀ ਵੀਰ ਗੁਰਵਿੰਦਰ ਸਿੰਘ ਜੀ ਤੁਸੀਂ ਖਾਲਿਸਤਾਨੀ ਹੋ ਫਿਰ ਖਾਲਿਸਤਾਨੀ ਦਾ ਜਿਹੜਾ ਬਿਲੀਵ ਕਰਦਾ ਉਹਦੇ ਲਈ ਕੁਛ ਕਰਦਾ ਉਹ ਖਾਲਿਸਤਾਨੀ ਹੈ ਸੋ ਮੈਂ ਸਮਝਦਾ ਵੀ ਜਿਹੜਾ ਗੁਰੂ ਦਾ ਖਾਲਸਾ ਹੈ ਗੁਰੂ ਦੇ ਉਪਦੇਸ਼ਾਂ 'ਚ ਯਕੀਨ ਰੱਖਦਾ ਔਰ ਉਹ ਫਿਰ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਖਾਲਸਾ ਜੀ ਕੇ ਬੋਲਬਾਲੇ ਔਰ ਖਾਲਸਾ ਜੀ ਕੇ ਬੋਲਬਾਲੇ ਵਾਲਾ ਇੱਕ ਥਾਂ ਹੋਣਾ ਜਿੱਥੇ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟਲ ਹੋਣ ਇਹ ਖਾਲਿਸਤਾਨ ਦੇਸ਼ ਹੈ ਔਰ ਉਹਦਾ ਉਹਦੇ ਯਕੀਨ ਕਰਨਾ ਖਾਲਿਸਤਾਨੀ ਹੈ ਮਹਿੰਦਰਪਾਲ ਸਿੰਘ ਜਸਬੀਰ ਗਿੱਲ ਹੀ ਇਜ਼ ਜਸਟ ਓਨਲੀ CM ਆਫ ਸਟੇਟ ਨੋਟ ਏ ਡਿਫੈਂਸ ਮਿਨਿਸਟਰ ਆਫ ਐਨੀ ਕੰਟਰੀ ਇਹ ਕੈਪਟਨ ਦਾ ਜਿਹੜਾ ਜਿਸ ਬਾਰੇ ਭੈਣ ਜੀ ਗੁਰਮੰਥਨ ਕੌਰ ਨੇ ਕਿਹਾ ਸੀ ਕਿ ਵੀ
ਇਨਫਿਓਰਟੀ ਕੰਪਲੈਕਸ ਦਾ ਇਹ ਸ਼ਿਕਾਰ ਹੈ ਕਿ ਵੀ ਡਿਫੈਂਸ ਮਿਨਿਸਟਰ ਆ ਰਹੇ ਔਰ ਵੈਸੇ ਵੀ ਕਰਨਲ ਹੈ ਕਪਤਾਨ ਤਾਂ ਵੈਸੇ ਹੀ ਮੇਜਰ ਤੋਂ ਹੀ ਡਰਦਾ ਜੀ ਸੋ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਮੈਂ ਅੱਜ ਦੇ ਦਿਨ ਕਿਉਂਕਿ ਮਾਨਸਿਕ ਭਾਵਨਾ ਇੱਕ ਡਿਫਰੈਂਟ ਰਹੀ ਹੈ ਜਾਂ ਹੈ ਪਰ ਫਿਰ ਵੀ ਜਿਹੜੀ ਕੁਛ ਬਹਾਦਰ ਆਵਾਜ਼ਾਂ ਜਿਹੜੀਆਂ ਜੋ ਭਾਰਤ ਦੇ ਨਕਸ਼ੇ ਦੇ ਵਿੱਚ ਘੱਟ ਗਿਣਤੀਆਂ ਨਾਲ ਮੁਸਲਮਾਨਾਂ ਈਸਾਈਆਂ ਸਿੱਖਾਂ ਨਾਲ ਜੇ ਸਬਡਿਊਡ ਹੈ ਇਹ ਸਾਨੂੰ ਤਾਂ ਡੈਥ ਕਿਸ ਨਾਲ ਮਾਰ ਰਹੇ ਨੇ ਹਰਸ਼ ਮੰਡੇਰ ਇਹ ਇੱਕ ਜਿਹੜੇ ਨੇ ਸਿਵਲ ਸਰਵੈਂਟ ਸੀ ਔਰ ਇਹਨਾਂ ਨੇ ਆਪਣਾ ਅਹੁਦਾ ਛੱਡਿਆ ਜਦੋਂ ਵੀ ਉਹਨਾਂ ਨੇ ਚੈਲੰਜ ਕੀਤਾ ਸ਼ਾਇਦ ਗੁਜਰਾਤ ਦੀ 2002 ਵਾਲੇ ਪਾਰਟ ਤੋਂ ਮੈਨੂੰ ਐਗਜੈਕਟ ਮੈਂ ਰੀਕਲੈਕਟ ਨਹੀਂ ਕਰ ਪਾ ਰਿਹਾ ਪਰ ਉਸ ਤੋਂ ਬਾਅਦ ਇਹਨਾਂ ਦਾ ਸੋਸ਼ਲ ਐਕਟੀਵਿਜ਼ਮ ਹੈ ਰਾਈਟਰ ਨੇ ਔਰ ਇਹਨਾਂ ਨੇ ਇੱਕ ਆਰਟੀਕਲ ਪਿਛਲੇ ਦਿਨਾਂ 'ਚ ਲਿਖਿਆ ਉਹਨਾਂ ਨੇ ਕਿਹਾ ਵੀ ਜ਼ੁਲਮ ਤਾਂ ਕਰ ਰਹੇ ਨੇ ਹਿੰਦੂ ਤਵੀ ਜਿਹਨਾਂ ਦੇ ਹੱਥ ਪਾਵਰ ਹੈ ਔਰ ਪ੍ਰੋਪੇਗੈਂਡਾ ਔਰ ਦੂਜਾ ਪਰ ਦੂਸਰੀਆਂ ਆਵਾਜ਼ਾਂ ਕਿੱਥੇ ਨੇ ਡਾਈਸੈਂਟਿੰਗ ਹਿੰਦੂ ਕਿੱਥੇ ਨੇ ਜਿਹੜੇ ਇੰਨੇ ਹੋਰ ਨੇ ਵੀ ਇਹਨਾਂ ਦੇ ਵਿਰੋਧ 'ਚ ਬਹੁ ਗਿਣਤੀ 'ਚੋਂ ਕਿਉਂ ਨਹੀਂ ਖੜੇ ਹੋ ਰਹੇ ਔਰ ਉਹਦਾ ਟੋਪਿਕ ਇਹ ਹੈ ਵੇਅਰ ਆਰ ਇੰਡੀਆਜ਼ ਡਾਈਸੈਂਟਿੰਗ ਹਿੰਦੂਸ ਕਿ ਵੀ ਜਿਹੜੇ ਉਹਨਾਂ ਨਾਲ ਸਹਿਮਤ ਨਹੀਂ ਇਹਨਾਂ ਦੇ ਜ਼ੁਲਮ ਨਾਲ ਉਹ ਕਿੱਥੇ ਨੇ ਐਜ਼ ਐਂਟਾਈ ਮੁਸਲਿਮ ਰੈਟਰਿਕ ਫੈਸਟਰਸ ਦਾ ਹਿੰਦੂ ਮੈਜੋਰਟੀ ਕੰਟੀਨਿਊਸ ਟੂ ਫੇਲ ਟੂ ਰੇਜ਼ ਇਟਸ ਵੋਇਸ ਅਗੇਂਸਟ ਦਾ ਬੀਜੇਪੀ ਟੋਕਸਿਕ ਪੋਲੀਟਿਕਸ ਆਫ ਹੇਟ ਕਿ ਵੀ ਇਹ ਜਿਹੜੀ ਉਹਨਾਂ ਦੀ ਨਫ਼ਰਤ ਭਰੀ ਜ਼ਹਿਰੀਲੀ ਰਾਜਨੀਤੀ ਹੈ ਬੀਜੇਪੀ ਦੀ ਔਰ ਜਿਹੜੀ ਜਿਉਂ ਜਿਉਂ ਮੁਸਲਮਾਨਾਂ ਦੇ ਖਿਲਾਫ਼ ਇਹ ਬਿਆਨਬਾਜ਼ੀ ਔਰ ਧਮਕੀਆਂ ਦਾ ਸਿਲਸਿਲਾ ਉੱਚਾ ਹੋ ਰਿਹਾ ਔਰ ਇਹ ਜਿਹੜੀ ਹੈ ਹਿੰਦੂ ਮੈਜੋਰਟੀ ਹੈ ਚੁੱਪ ਕਰਕੇ ਬੈਠੀ ਹੈ ਇਹ ਖੜੇ ਨਹੀਂ ਹੋ ਰਹੇ ਫਿਰ ਉਹਨਾਂ ਨੇ ਇਸ ਦੇ ਵਿੱਚ ਰਾਈਟ ਅਪ ਹੈ ਦੋਨਾਂ ਦਾ ਮੁਕਾਬਲਾ ਕੀਤਾ ਉਹਨਾਂ ਨੇ ਡੋਨਲਡ ਟਰੰਪ ਦਾ ਔਰ ਮੋਦੀ ਦਾ ਉਹਨਾਂ ਨੇ ਕਿਹਾ ਕਿ ਜੀ ਇਨ ਦੀਸ ਟ੍ਰਬਲ ਟਾਈਮਸ ਦਾ ਵਰਲਡਸ ਟੂ ਲਾਰਜਸਟ ਡੈਮੋਕ੍ਰੇਸੀਜ਼ ਇੰਡੀਆ ਐਂਡ ਯੂ ਐੱਸ ਆਰ ਇਨਕਰੀਜ਼ਿੰਗਲੀ ਬਿਕਮਿੰਗ ਹੋਸਟਾਈਲ ਥਰੈਟਨਿੰਗ ਪਲੇਸਿਸ ਫਾਰ ਪੀਪਲ ਵਿਦ ਮੁਸਲਿਮ ਨੇਮਸ ਉਹਨਾਂ ਕਿਹਾ ਅਮਰੀਕਾ ਔਰ ਇੰਡੀਆ ਦੋਨੋਂ ਹੀ ਇਸ ਕਿਸਮ ਦੇ ਮੁਸਲਮਾਨਾਂ ਲਈ ਖਤਰਨਾਕ ਥਾਂ ਹੋ ਰਹੇ ਨੇ ਔਰ ਇਹਨੇ ਟਰੰਪ ਨੇ ਮੁਸਲਮਾਨਾਂ ਦੀ ਐਂਟਰੀ ਜਿਹੜੀ ਹੈ ਉਹ ਬਲੋਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਚੈਲੰਜ ਹੋਇਆ ਇਸ ਦੇ ਨਾਲ ਹੀ ਔਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਯੂਪੀ ਦੇ ਵਿੱਚ ਉਸ ਨੂੰ ਚੀਫ ਮਿਨਿਸਟਰੀ ਦਿੱਤੀ ਗਈ ਜਿਹੜਾ ਬਿਲਕੁਲ ਮੁਸਲਮਾਨਾਂ ਦੇ ਨਾਲ ਨਫ਼ਰਤ ਦੀ ਜ਼ਬਾਨ ਵਰਤਦਾ ਰਿਹਾ ਔਰ ਇੰਨਾ ਵੱਡਾ ਉਹ ਹਿੱਸਾ ਹੈ ਜਿੱਥੇ ਕਿ ਫਿਫਥ ਜੇ ਅੱਜ ਯੂਪੀ ਅੱਡ ਦੇਸ਼ ਬਣ ਜਾਏ ਤਾਂ ਪੰਜਵਾਂ ਦੁਨੀਆ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੋਏਗਾ ਔਰ ਉਹਦੇ 'ਚ ਉਹਨੇ ਫਿਰ ਗਾਰਡੀਅਨ ਅਖਬਾਰ ਨੂੰ ਕੋਟ ਕੀਤਾ ਕਿ ਇੰਡੀਆ ਮਾਈਨੋਰਟੀਜ਼ ਐਗਜ਼ਿਸਟ ਮੇਨਲੀ ਔਨ ਦਾ ਗੁੱਡਵਿਲ ਆਫ ਦਾ ਮੈਜੋਰਟੀ ਸਟੈਪ ਆਊਟ ਆਫ ਲਾਈਨ ਐਂਡ ਦੇਅਰ ਵਿਲ ਬੀ ਬਲੱਡ ਐਂਡ ਬਲੱਡ ਹੈਜ਼ ਆਲਰੇਡੀ ਬਿਗਨ ਟੂ ਫਲੋ ਉਹਨੇ ਕਿਹਾ ਕਿ ਜੀ ਉਹਨੇ ਕਿਹਾ ਵੀ ਜਦੋਂ ਤੱਕ ਉਹ ਬਹੁ ਗਿਣਤੀ ਇੱਧਰ ਨੂੰ ਖੁਸ਼ ਰੱਖਦੇ ਨੇ ਉਹ ਐਗਜ਼ਿਸਟ ਕਰਦੇ ਨੇ ਜਿੱਦਣ ਉਹਨਾਂ ਦੇ ਕਦਮ ਨਾਲ ਕਦਮ ਉਹਨਾਂ ਦਾ ਨਹੀਂ ਮਿਲੇਗਾ ਜਿਹੜਾ ਖੂਨ ਖਰਾਬਾ ਹੋਏਗਾ ਔਰ ਮੰਡੇਰ ਕਹਿੰਦੇ ਨੇ ਕਿ ਬਲੱਡ ਹੈਜ਼ ਆਲਰੇਡੀ ਬਿਗਨ ਟੂ ਫਲੋ ਵੀ ਆਲਰੇਡੀ ਜਿਹੜਾ ਖੂਨ ਉਹ ਡੁੱਲਣਾ ਸ਼ੁਰੂ ਹੋ ਗਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਆਉਣ ਵਾਲਾ ਸਮਾਂ ਉਹ ਬਹੁਤ ਖਤਰਨਾਕ ਹੈ ਸਕੋਰਚਿੰਗ ਸਮਰ ਸਾਈਨਸ ਆਰ ਐਵੀਡੈਂਟ ਐਵਰੀਵੇਅਰ ਦੈਟ ਦਾ ਸੋਰਿੰਗ ਮਰਕਰੀ ਵਿਲ ਬੀ ਮੈਚ ਬਾਈ ਸਵੈਲਟਰਿੰਗ ਹੀਟ ਆਫ ਹੇਟ ਸਪੀਚ ਐਂਡ ਵਾਇਲੈਂਸ ਸਟਰਡ ਅਗੇਂਸਟ ਦਾ ਕੰਟਰੀਜ਼ ਮਾਈਨੋਰਿਟੀਜ਼ ਫਿਰ ਉਹਨਾਂ ਨੇ ਮੋਦੀ ਦਾ ਰਿਕਾਰਡ ਕਿ ਵੀ ਕਿਵੇਂ ਉਹ ਆਪ ਫੋਰਨ ਲੈਂਡ 'ਚ ਜਾ ਕੇ ਕੁਛ ਕਹਿੰਦੇ ਔਰ ਅੰਦਰ ਉਹਨੇ ਸਾਰੇ ਜਿਹੜੇ ਉਹਦੀ ਪਾਰਟੀ ਦੇ ਅੱਡ ਵਿੰਗ ਨੇ ਉਹਨਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਉਹਨੇ ਫਿਰ ਡੱਡੂ ਦੀ ਉਦਾਹਰਣ ਦਿੱਤੀ ਹੈ ਕਿ ਜੇ ਇੱਕਦਮ ਉਹਨੂੰ ਗਰਮ ਪਾਣੀ 'ਚ ਸੁੱਟੋ ਤਾਂ ਉਹ ਉਛਲ ਕੇ ਬਾਹਰ ਆ ਜਾਂਦਾ ਪਰ ਜੇ ਲਿਊਕਵਰਮ ਟੈਂਪਰੇਚਰ ਰੱਖੋ ਹੌਲੀ 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 ਤਾਂ ਫਿਰ ਡੱਡੂ ਉਹਦੇ 'ਚ ਮਰ ਜਾਂਦਾ ਉਹਦੇ 'ਚੋਂ ਨਿਕਲ ਨਹੀਂ ਸਕਦਾ ਕਿ ਵੀ ਉੱਥੇ ਮਾਈਨੋਰਟੀਜ਼ ਜਿਹੜੀਆਂ ਨੇ ਉਸ ਡੱਡੂ ਦੇ ਲਿਊਕਵਰਮ ਮਰਨ ਵਾਂਗੂ ਜਿਹੜੇ ਉਹ ਉਹਨਾਂ ਦੇ ਨਾਲ ਉਹ ਹਸ਼ਰ ਹੋ ਰਿਹਾ ਫਿਰ ਉਹਨਾਂ ਨੇ ਕਿਹਾ ਕਿ ਵੀ ਟਰੰਪ ਨੇ ਬੇਸ਼ੱਕ ਆਪਣੇ ਬ੍ਰੈਸ਼ ਇਨਐਕਸਪੀਰੀਅੰਸ ਨਾਲ ਡੱਡੂ ਨੂੰ ਬੋਇਲਿੰਗ ਵਾਟਰ ਦੇ ਵਿੱਚ ਸੁੱਟਣ ਵਾਂਗ ਕੀਤਾ ਲੇਕਿਨ ਜਿਹੜੀ ਬਿਊਟੀ ਹੈ ਅਮਰੀਕਨ ਸਿਸਟਮ ਦੀ ਕਿ ਵੀ ਉਸ ਦਾ ਨੂੰ ਚੈਲੰਜ ਹੋਇਆ ਔਰ ਉਸ ਦੇ ਵਿੱਚ ਜਿਹੜਾ ਲੋਕ ਬਾਹਰ ਨਿਕਲੇ ਅਮੈਰੀਕਨਸ ਆਰ ਪਰਸੂਏਡਿਡ ਕਿ ਵੀ ਉਹਨਾਂ ਨੇ ਆ ਕੇ ਪ੍ਰੋਟੈਸਟ ਕੀਤੇ ਵਕੀਲ ਏਅਰਪੋਰਟਾਂ 'ਤੇ ਪਹੁੰਚ ਗਏ ਉਹਨਾਂ ਨੂੰ ਉਹਨਾਂ ਨੇ ਅੱਡ ਤਰੀਕਿਆਂ ਦੇ ਨਾਲ ਜਿਹੜਾ ਮਦਦ ਕੀਤੀ ਔਰ ਇਹ ਇੱਕ ਰੈਜ਼ੋਨੈਂਟ ਡੈਮੋਕ੍ਰੇਸੀ ਦਾ ਸਬੂਤ ਸੀ ਕਿ ਜੇ ਅਪਰ ਲੈਵਲ ਦੇ ਉੱਤੇ ਕੋਈ ਗਲਤ ਕੰਮ ਵੀ ਹੋਣਾ ਸ਼ੁਰੂ ਹੋਇਆ ਅਤੇ ਇਹ ਜਿਹੜਾ ਆਮ ਸੁਸਾਇਟੀ ਹੈ ਉਹ ਖਲੋਤੀ ਦਾ ਮੋਸਟ ਸਟ੍ਰਾਈਕਿੰਗ ਡਿਫਰੈਂਸ ਬਿਟਵੀਨ ਇੰਡੀਆ ਐਂਡ ਯੂ ਐੱਸ ਹੈਜ਼ ਬੀਨ ਰਿਸਪੋਂਸ ਆਫ ਆਰਡਨਰੀ ਪੀਪਲ ਟੂ ਦਾ ਐਂਟਾਈ ਮੁਸਲਿਮ ਪੋਲਿਸੀਜ਼ ਆਫ ਦੇਅਰ ਗਵਰਨਮੈਂਟ ਪ੍ਰੋਟੈਸਟਰਸ ਗੈਦਰਡ ਵਿਦ ਵੈਲਕਮਿੰਗ ਸਾਈਨਸ ਐਟ ਅਮੈਰੀਕਨ ਏਅਰਪੋਰਟਸ ਵਿਦ ਇਨ ਆਵਰਸ ਆਫ ਦਾ ਫਸਟ ਟਰੈਵਲ ਬੈਨ ਬੀਂਗ ਅਨਾਊਂਸਡ ਪੀਪਲ ਵਿਜ਼ਿਟਡ ਦੇਅਰ ਮੁਸਲਿਮ ਨੇਬਰਸ ਟੂ ਰੀਅਸ਼ੋਰ ਦੈਮ ਆਫ ਦੇਅਰ ਸੇਫਟੀ ਜੱਜਿਸ ਐਟ ਆਲ ਲੈਵਲ ਸਟਕ ਡਾਊਨ ਦਾ ਪ੍ਰੈਜ਼ੀਡੈਂਸ਼ੀਅਲ ਆਰਡਰਸ
lawyers gathered at the airports to offer legal aid, and film actors spoke eloquently for the rights of people of color and minority faiths in the film award functions. Aur akhirle pair ch hun eh America di unhone Trump nu pehla Modi naal compare kita ji, par fir beauty vi system di dassi. In India, I wait for the day when in UP villages where posters have come up giving notice to Muslim residents to leave, Hindu residents reassure their Muslim neighbors that they are both welcome and safe, where they fight to defend the security and livelihood of tens of thousands of people threatened by cow politics and contested abattoirs, where students, teachers, lawyers, doctors, workers, farmers, actors and journalists all join the battle against the toxic politics of baiting and scapegoating minority. Unhone kaha ji main us din te intezar kar rahe hain ki jinna pindan ch musalmanan nu kiya vi tusi itthon nikal jao ji, utthon de hindu padosi jehde ne unhan nu ja ke kehnge ki vi tusi itthe welcome ho, assi tuhanu surakhiat rakhange. Main us vele din intezar kar rahe hain jadon ke jehde lakhan log ਜਿਨ੍ਹਾਂ ਨੂੰ ਇਹ ਗਾਂ ਦੀ ਪੋਲਿਟਿਕਸ ਦੇ ਥੱਲੇ ਬੇਰੁਜ਼ਗਾਰ ਬਣਾ ਦਿੱਤਾ ਗਿਆ, ਉਹਨਾਂ ਦੇ ਹੱਕਾਂ ਦਾ ਕੋਈ ਖਲੋਏਗਾ? ਜਦੋਂ ਕਿ ਵਿਦਿਆਰਥੀ, ਅਧਿਆਪਕ, ਵਕੀਲ, ਡਾਕਟਰ, ਕਾਮੇ, ਕਿਸਾਨ, ਐਕਟਰ ਅਤੇ ਪੱਤਰਕਾਰ ਸਾਰੇ ਹੀ ਉਸ ਜਿਹੜੀ ਇਹ ਜ਼ਹਿਰੀਲੀ ਨਫ਼ਰਤ ਦੀ ਜਿਹੜੀ ਸਿਆਸਤ ਜਿਹੜੀਆਂ ਧਿਰਾਂ ਕਰ ਰਹੀਆਂ ਨੇ ਉਹਨਾਂ ਦੇ ਖਿਲਾਫ਼ ਖਲੋਣਗੀਆਂ. ਅਵਰ ਸਾਇਲੈਂਸਿਸ ਕੈਨ ਓਨਲੀ ਸਿਗਨਲ ਅਵਰ ਕੰਪਲੀਸਿਟੀ ਵਿਦ ਦਾ ਬ੍ਰੇਜ਼ਨ ਚੇਂਜਿੰਗ ਆਫ ਇੰਡੀਆ into a Hindu country, a land where minorities must submit, else blood will flow. Je assi ivve nahi karde te fir saadi chup is gall da sneha hoega ke bhai assi India nu Hindu desh banan de vich bhagidar hain ji, assi us de samarthak hain. Aur fir je ivve hunda hai te fir is dharti de utte ghat gintiyan nu bahu gintiyan de samne hathiyar suttne painge, ਨਹੀਂ ਤਾਂ ਦਾ ਬਲੱਡ ਵਿਲ ਫਲੋ. ਸੋ ਮੈਂ ਸਮਝਦਾ ਹਾਂ ਵੀ ਹਰਸ਼ ਮੰਡੇਰ ਨੇ ਇੱਕ ਬੜਾ ਠੀਕ ਪੁਆਇੰਟਰ ਦਿੱਤਾ ਕਿ ਵੀ ਜਦੋਂ ਬਹੁ ਗਿਣਤੀ ਜ਼ੁਲਮ ਕਰਨ ਵਾਲੇ ਤਾਂ ਜੋ ਨੇ, ਪਰ ਜੇ ਕੋਈ ਉਹਨਾਂ ਨੂੰ ਬਹੁ ਗਿਣਤੀ ਵਾਲਿਆਂ 'ਚੋਂ ਵਿਰੋਧ ਨਹੀਂ ਕਰਦਾ, ਇਹਦਾ ਮਤਲਬ ਹੈ ਵੀ ਉਹ ਵੀ ਜ਼ਾਲਮਾਂ ਦੇ ਨਾਲ ਨੇ. ਔਰ ਇਸ ਵੇਲੇ ਬਹੁ ਗਿਣਤੀ ਹਿੰਦੂ ਜਿਹੜੇ ਨੇ ਉਹ ਲਗਭਗ ਸਾਇਲੈਂਟ ਹੀ ਬੈਠੇ ਨੇ, ਕਿਸੇ ਵੀ ਇਸ ਕਿਸਮ ਦੀ ਕਾਰਵਾਈ ਨੂੰ ਵਿਰੋਧ ਕਰਨ ਦਾ ਉਹ ਹੌਸਲਾ ਜਾਂ ਵਿਲ ਨਹੀਂ ਰੱਖਦੇ ਜੀ. ਡਾਕਟਰ ਸਾਹਿਬ ਬਿਲਕੁਲ, ਇੱਥੇ ਲੈਣਾ ਬ੍ਰੇਕ. ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ.